ਪੰਜਾਬ ਹਰਿਆਣਾ ਲਾਈਵ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। 2022 ਮਿਸ਼ਨ ਨੂੰ ਲੈ ਕੇ ਭਗਵੰਤ ਮਾਨ ਦਾ ਵੱਡਾ ਐਲਾਨ, ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਕੀਤਾ ਭੰਗ। ਆਮ ਆਦਮੀ ਪਾਰਟੀ ਨੇ ਮਿਸ਼ਨ 2022 ਨੂੰ ਲੈ ਕੇ ਆਪਣੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿੱਥੇ ਇੱਕ ਲਾਈਵ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਨੇ 25 ਜ਼ਿਲ੍ਹਿਆਂ ਦੀ ਮੀਟਿੰਗ ਕੀਤੀ ਹੈ ਅਤੇ ਇਹ ਮੀਟਿੰਗ ਜ਼ਿਲ੍ਹਾ ਪ੍ਰਧਾਨ, ਹਲਕਿਆਂ ਦੇ ਇੰਚਾਰਜ, MLA ਸਾਰਿਆਂ ਨੂੰ ਲੈ ਕੇ ਕੀਤੀ ਗਈ ਹੈ ਅਤੇ ਸਾਰੀ ਰਿਪੋਰਟ ਲਈ ਗਈ ਹੈ। ਉਹਨਾਂ ਨੇ ਕਿਹਾ ਕਿ ਇਸ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਇਸ ਲੜਾਈ ਨੂੰ ਹੋਰ ਵੀ ਮਜ਼ਬੂਤ ਬਣਾਇਆ ਜਾਵੇਗਾ ਅਤੇ ਇਸ ਵਿੱਚ ਅਹੁਦੇਦਾਰਾਂ ਦੀਆਂ ਜ਼ਿੰਮੇਵਾਰੀਆਂ ਜਿੱਥੇ ਵਧਾਈਆਂ ਜਾਣਗੀਆਂ ਉੱਥੇ ਬਦਲੀਆਂ ਵੀ ਜਾਣਗੀਆਂ। ਇਸ ਦੇ ਨਾਲ ਹੀ ਉਹਨਾਂ ਨੇ ਐਲਾਨ ਕੀਤਾ ਕਿ ਤੁਰੰਤ ਪ੍ਰਭਾਵ ਨਾਲ ਆਮ ਆਦਮੀ ਪਾਰਟੀ ਦਾ ਮੁੱਖ ਢਾਂਚਾ, ਗੌਰ ਕਮੇਟੀ, ਜ਼ਿਲ੍ਹਾ ਪ੍ਰਧਾਨ ਕਮੇਟੀ ਜਾਂ ਸਹਿਯੋਗ ਦੇਣ ਵਾਲੀਆਂ ਇਕਾਈਆਂ, ਇਹ ਸਭ ਕੁਝ ਭੰਗ ਕੀਤਾ ਜਾਂਦਾ ਹੈ ਅਤੇ ਬਹੁਤ ਹੀ ਜਲਦ ਇੱਕ ਨਵੀਂ ਟੀਮ ਤਿਆਰ ਕੀਤੀ ਜਾਵੇਗੀ ਜਿਸ ਵਿੱਚ ਮਿਹਨਤੀ ਤੇ ਪੰਜਾਬ ਦੀ ਭਲਾਈ ਲਈ ਵਫ਼ਾਦਾਰ ਅਹੁਦੇਦਾਰਾਂ ਨੂੰ ਰੱਖਿਆ ਜਾਵੇਗਾ। ਦੱਸਿਆ ਜਾਂਦਾ ਹੈ ਕਿ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਇੰਚਾਰਜ ਜਰਨੈਲ ਸਿੰਘ ਵੀ ਮੌਜੂਦ ਸਨ, ਜਿੱਥੇ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਤੇ ਬਰਕਰਾਰ ਰਹਿਣਗੇ। ਹੋਰ ਉਹਨਾਂ ਨੇ ਕੀ ਕਿਹਾ, ਆਓ ਤੁਹਾਨੂੰ ਵੀ ਸੁਣਾ ਦਿੰਦੇ ਹਾਂ। ਆਮ ਆਦਮੀ ਪਾਰਟੀ ਮਿਸ਼ਨ 2022 ਨੂੰ ਲੈ ਕੇ ਆਪਣੇ ਢਾਂਚੇ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਜਿਹੜੀ ਹੈ ਉਹ ਸ਼ੁਰੂ ਕਰ ਚੁੱਕੀ ਹੈ। ਪਿਛਲੇ ਦਿਨੀ ਅਸੀਂ ਸਾਰੇ ਪੰਜਾਬ ਤੋਂ ਸਾਡੇ ਜ਼ਿਲ੍ਹਾ ਪ੍ਰਧਾਨ, ਸਾਰੀਆਂ ਇਕਾਈਆਂ ਦੇ ਪ੍ਰਧਾਨ, ਹਲਕਿਆਂ ਦੇ ਇੰਚਾਰਜ ਔਰ ਜੋ ਵੀ ਸਾਡੇ MLA ਸਾਹਿਬਾਨ, ਸਾਰਿਆਂ ਨਾਲ ਵਿਚਾਰ ਵਟਾਂਦਰੇ ਕੀਤੇ। ਲੰਬੀਆਂ ਮੀਟਿੰਗਾਂ ਹੋਈਆਂ ਕਿਉਂਕਿ 22 ਜ਼ਿਲ੍ਹੇ ਨੇ ਅਤੇ 3 ਜ਼ਿਲ੍ਹੇ ਜਿਹੜੇ ਹਿੱਸੇ ਨੇ ਜਿਹੜੇ ਦਿਹਾਤੀ ਅਤੇ ਸ਼ਹਿਰੀ ਜਿਵੇਂ ਕਿ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ, ਸੋ 25 ਜ਼ਿਲ੍ਹਿਆਂ ਦੀ ਮੀਟਿੰਗ ਇੱਕ ਦਿਨ 'ਚ, 5-5 ਜ਼ਿਲ੍ਹਿਆਂ ਨੂੰ ਬੁਲਾ ਕੇ 5 ਦਿਨ 'ਚ ਅਸੀਂ ਕੀਤੀ। ਸਾਰਾ ਮਤਲਬ ਥੱਲੇ ਤੱਕ ਦੀ ਰਿਪੋਰਟ ਜਿਹੜੀ ਹੈ ਬੂਥ ਲੈਵਲ ਤੱਕ ਦੀ ਰਿਪੋਰਟ ਲਈ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਇਸ ਨਤੀਜੇ 'ਤੇ ਪਹੁੰਚੀ ਹੈ ਕਿ 2022 ਦੀ ਜਿਹੜੀ ਲੜਾਈ ਹੈ ਉਹਨੂੰ ਹੋਰ ਮਜ਼ਬੂਤੀ ਨਾਲ ਲੜਨ ਲਈ ਬਹੁਤ ਸਾਰੇ ਇਮਾਨਦਾਰ ਅਤੇ ਮਿਹਨਤੀ ਜਿਹੜੇ ਵਲੰਟੀਅਰ ਨੇ ਜਾਂ ਅਹੁਦੇਦਾਰ ਨੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਵਧਾਈਆਂ ਵੀ ਜਾਣਗੀਆਂ ਅਤੇ ਬਹੁਤ ਸਾਰਿਆਂ ਦੀਆਂ ਜ਼ਿੰਮੇਵਾਰੀਆਂ ਬਦਲੀਆਂ ਵੀ ਜਾ ਸਕਦੀਆਂ ਨੇ। ਸੋ ਤਾਂ ਕਿ ਅਸੀਂ ਇੱਕ ਪੂਰੀ ਟੀਮ ਦੇ ਰੂਪ ਦੇ ਵਿੱਚ ਲੜ ਸਕੀਏ, ਸੋ ਇਸੇ ਲੜੀ ਤਹਿਤ ਅੱਜ ਮੈਂ ਇੱਕ ਐਲਾਨ ਕਰਨਾ ਚਾਹੁੰਦਾ ਕਿ ਤੁਰੰਤ ਪ੍ਰਭਾਵ ਦੇ ਨਾਲ ਆਮ ਆਦਮੀ ਪਾਰਟੀ ਦਾ ਜਿਹੜਾ ਮੁੱਖ ਢਾਂਚਾ ਅਤੇ ਕੋਰ ਕਮੇਟੀ ਅਤੇ ਸਾਰੇ ਜ਼ਿਲ੍ਹਾ ਪ੍ਰਧਾਨ ਅਤੇ ਸਾਰੀਆਂ ਜਿਹੜੀਆਂ ਸਹਿਯੋਗੀ ਇਕਾਈਆਂ ਨੇ ਉਹਨਾਂ ਦੇ ਸਾਰੇ ਜਿਹੜੇ ਪ੍ਰਧਾਨ ਨੇ ਅਤੇ ਉਹਨਾਂ ਦਾ ਜਿਹੜਾ ਢਾਂਚਾ ਹੈ ਉਹ ਸਾਰਾ ਭੰਗ ਕੀਤਾ ਜਾਂਦਾ। ਬੜੀ ਜਲਦੀ ਜ਼ਿੰਮੇਵਾਰੀਆਂ ਜਿਹੜੀਆਂ ਨਵੀਆਂ, ਮਿਹਨਤੀ, ਵਫ਼ਾਦਾਰ, ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਨਾਲ ਲੈ ਕੇ ਜਿਹੜੀਆਂ ਜ਼ਿੰਮੇਦਾਰੀਆਂ ਦਿੱਤੀਆਂ ਜਾਣਗੀਆਂ ਤਾਂ ਕਿ ਅਸੀਂ ਇੱਕ ਪੂਰੀ ਸੰਗਠਿਤ ਟੀਮ ਜਿਹੜੀ ਹੈ, ਜਿਵੇਂ ਅਸੀਂ ਦਿੱਲੀ ਦੇ ਵਿੱਚ ਸਾਡੀ ਜਿਹੜੀ ਜਿਹੜੀ ਟੀਮ ਹੈ ਢਾਂਚੇ ਦੀ ਉਹ ਬਹੁਤ ਜ਼ਿਆਦਾ ਮਜ਼ਬੂਤ ਹੈ, ਬੂਥ ਪੱਧਰ ਤੋਂ ਲੈ ਕੇ ਵਾਰਡ ਲੈਵਲ ਤੋਂ ਲੈ ਕੇ, ਬਿਲਕੁਲ ਉਸੇ ਤਰ੍ਹਾਂ 2022 ਦੀ ਲੜਾਈ ਵਾਸਤੇ ਅਸੀਂ ਮਜ਼ਬੂਤ ਟੀਮ ਜਿਹੜੀ ਉਹ ਤਿਆਰ ਕਰਾਂਗੇ। ਸੋ ਇੱਕ ਵਾਰੀ ਫਿਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਤੁਰੰਤ ਪ੍ਰਭਾਵ ਦੇ ਨਾਲ ਆਮ ਆਦਮੀ ਪਾਰਟੀ ਦਾ ਪੰਜਾਬ ਇਕਾਈ ਦਾ ਮੁੱਖ ਢਾਂਚਾ ਔਰ ਕੋਰ ਕਮੇਟੀ ਅਤੇ ਨਾਲ ਸਹਿਯੋਗੀ ਇਕਾਈਆਂ ਸਾਰੇ ਫਰੰਟਲ ਵਿੰਗਸ ਅਤੇ ਜ਼ਿਲ੍ਹਾ ਪ੍ਰਧਾਨ ਸਾਰਾ ਉਹ ਮੁੱਖ ਢਾਂਚੇ 'ਚ ਆ ਜਾਂਦੇ ਨੇ, ਉਹ ਸਾਰੇ ਤੁਰੰਤ ਪ੍ਰਭਾਵ ਨਾਲ ਭੰਗ ਕੀਤੇ ਜਾਂਦੇ ਨੇ। ਇਹ ਜਿਹੜੀ ਮੀਟਿੰਗਾਂ ਹੋਈਆਂ ਸੀ ਉਹਨਾਂ ਦੇ ਵਿੱਚੋਂ ਲੋਕਾਂ ਦੀ ਔਰ ਸਾਡੇ ਵਲੰਟੀਅਰਾਂ ਦੀ ਜਾਂ ਸਾਡੇ ਅਹੁਦੇਦਾਰਾਂ ਦੀ ਇਹ ਜ਼ਿਆਦਾਤਰ ਡਿਮਾਂਡ ਸੀ, ਉਹ ਉਹਨਾਂ ਨੂੰ ਇਸੇ ਕਰਕੇ ਇਕੱਲੇ ਇਕੱਲੇ ਨੂੰ ਬੁਲਾ ਕੇ ਪੁੱਛਿਆ ਗਿਆ। ਅਤੇ ਮੈਂ ਇੱਕ ਮਿੰਟ ਲਈ ਕਹੂੰਗਾ ਕਿ ਪੰਜਾਬ ਨੂੰ ਦੇ ਜਿਹੜੇ ਓਬਜ਼ਰਵਰ ਨੇ ਜਰਨੈਲ ਸਿੰਘ ਜੀ, ਜਿਹੜੇ ਉਹਨਾਂ ਮੀਟਿੰਗਾਂ ਨੂੰ ਲੈ ਕੇ ਆਏ ਨੇ ਅਤੇ ਉਹ ਪੂਰਾ ਡਾਟਾ ਇਕੱਠਾ ਕਰਕੇ ਉਸ ਤੋਂ ਬਾਅਦ ਇਹ ਜਿਹੜਾ ਪੰਜਾਬ ਦਾ ਢਾਂਚਾ ਭੰਗ ਕਰਨ ਦਾ ਜਿਹੜਾ ਫੈਸਲਾ ਲਿਆ ਤਾਂ ਕਿ ਮਜ਼ਬੂਤੀ ਨਾਲ ਜਿਹੜਾ ਟੀਮ ਜਿਹੜੀ ਹੈ ਉਹ 2022 ਦੀ ਲੜਾਈ ਲੜ ਸਕੇ। ਇੱਕ ਮਿੰਟ ਲਈ ਜਰਨੈਲ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪਿਛਲੇ ਦਿਨਾਂ 'ਚ ਜਿੱਦਾਂ ਭਗਵੰਤ ਮਾਨ ਜੀ ਨੇ ਦੱਸਿਆ, ਪੂਰੇ ਪੰਜਾਬ ਦੇ ਸੰਗਠਨ ਨਾਲ ਆਪਾਂ ਮੀਟਿੰਗ ਕੀਤੀ, ਸਾਰੇ ਸਟਰਕਚਰ ਨੂੰ ਰਿਵਿਊ ਕੀਤਾ ਅਤੇ ਹੁਣ 2022 ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਸੰਗਠਨ ਦੀ ਰੀਸਟਰਕਚਰਿੰਗ ਦਾ ਕੰਮ ਬਹੁਤ ਹੀ ਤੇਜ਼ੀ ਨਾਲ ਸ਼ੁਰੂ ਹੋ ਗਿਆ। ਆਪਾਂ ਮਹਿਸੂਸ ਕੀਤਾ, ਆਪਾਂ ਵੇਖਿਆ ਸਾਫ਼ ਤੌਰ 'ਤੇ ਕਿ ਬਹੁਤ ਸਾਰੇ ਮਿਹਨਤੀ ਇਮਾਨਦਾਰ ਲੋਕ ਜੋ ਪਾਰਟੀ ਨੂੰ ਪੂਰੀ ਤਰ੍ਹਾਂ ਨਾਲ ਪਾਰਟੀ ਵਾਸਤੇ ਸਮਰਪਿਤ ਹਨ, ਪਾਰਟੀ ਵਾਸਤੇ ਕੰਮ ਕਰਨਾ ਚਾਹੁੰਦੇ ਨੇ, ਉਹਨਾਂ ਸਭ ਨੂੰ ਲੈ ਕੇ ਅਤੇ ਬਹੁਤ ਛੇਤੀ ਇੱਕ ਮਜ਼ਬੂਤ ਸੰਗਠਨ ਦਾ ਦੁਬਾਰਾ ਐਲਾਨ ਕੀਤਾ ਜਾਏਗਾ। ਭਗਵੰਤ ਮਾਨ ਜੀ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੀ ਅਹੁਦੇ 'ਤੇ ਬਰਕਰਾਰ ਰਹਿਣਗੇ
तो बहुत जल्दी ही आम आदमी पार्टी पंजाब का संगठन का जो रीस्ट्रक्चर होएगा उसकी घोषणा तुहाडे सामने की जाएगी। सारे इसी तरह अपना जज्बा बरकरार रखो। बहुत बहुत धन्यवाद। इनकलाब जिंदाबाद। अज लई बस एना ही। कल फिर मिलांगे कुछ नवीं ते ताज़ा खबरां दे नाल। उदों तक जुड़े रहो पंजाब हरियाणा लाइव दे नाल। धन्यवाद।